ਦੱਸੋ ਜਿਹੜੇ ਲੋਕ ਇੱਥੇ ਆਉਂਦੇ ਆ ਉਹਨਾਂ ਵਾਸਤੇ ਕੋਈ ਇਨਫੋਰਮੇਸ਼ਨ? ਉਹਨਾਂ ਨਾਂ ਨਹੀਂ ਲਿਖਣਾ ਹੁੰਦਾ ਹੁੰਦਾ ਤੇ ਯੂਕੇ ਦੇ ਵੀਜ਼ੇ ਲੱਗਦੇ ਨੇ, ਸਾਨੂੰ ਦੁੱਖ ਹੁੰਦਾ ਅਸੀਂ ਨਹੀਂ ਜਾਂਦੇ, ਉਹ ਬੈਂਚ ਬਣ ਜਾਂਦੇ ਭਰਾ ਜੀ। ਅਸਲਾਮੁਅਲੈਕਮ ਜਨਾਬ, ਕੀ ਹਾਲ ਚਾਲ ਆ? ਠੀਕ ਠਾਕ ਸਭ ਵਧੀਆ ਜਨਾਬ। ਅਸੀਂ ਆਏ ਹੋਏ ਹਾਂ ਸਿਆਲਕੋਟ, ਸਿਆਲਕੋਟ ਦੇ ਨਜ਼ਾਰੇ ਆਪਾਂ ਲੱਗਿਆ ਪ੍ਰੋਟੈਕਟਰ ਲੈਣ ਦੇ ਵਿੱਚ। ਇਹ ਪ੍ਰੋਟੈਕਟਰ ਲੈਣ ਲੱਗੀ ਹੋਈ ਹੈ, ਇੱਥੇ ਹਰ ਬੰਦੇ ਨੇ ਆਪਣੀ ਦੌੜ ਪਾਈ ਹੋਈ ਹੈ ਕਿ ਮੈਂ ਪਹਿਲੇ ਪੁੱਜਾਂ, ਪਰ ਜਾਣਾ ਉਨਾ ਹੀ ਹੈ ਜਿਹਦੀ ਵਾਰੀ ਆਏਗੀ। ਭਾਅ ਜੀ ਇੱਥੇ ਪੜ੍ਹੇ ਲਿਖੇ ਹਜ਼ਰਾਤ ਵੀ ਜਲੀਲ ਹੋਣ ਡੇ ਆ, ਅਤੇ ਜਿਹੜੇ ਨਹੀਂ ਨਾ ਪੜ੍ਹੇ ਦੇ ਉਹ ਸਾਡੇ ਤੋਂ ਵੱਧ ਜਲੀਲ ਹੋਣ ਡੇ ਆ। ਵੈਸੇ ਪਾਕਿਸਤਾਨ ਦੇ ਇੱਦਾਂ ਦੇ ਹਾਲਾਤ ਆ ਕਿ ਅੱਗੇ 22 ਕਰੋੜ ਆਵਾਮ ਤੋਂ 18 ਕਰੋੜ ਆਵਾਮ ਤੋਂ ਬਾਅਦ ਚੱਲ ਗਈ ਆ, ਪਿੱਛੇ ਬਚਦੀ ਆ 4 ਕਰੋੜ, ਉਹਨੇ ਵੀ ਬਾਹਰ ਚੱਲ ਜਾਣਾ, ਫਿਰ ਇਹਨਾਂ ਨੇ ਚੰਨ 'ਤੇ ਚੱਲ ਜਾਣਾ। ਚਲੋ ਕਿੱਡਾ ਪਲਾਇਆ ਆ ਸਾਰਾ ਇਹਨਾਂ ਬੰਦਿਆਂ ਨਾਲ ਭਰਨਾ। ਆਵਾਮ ਨੇ ਲੈਣਾ ਲਾਈ ਦੀਆਂ ਫਾਈਲਾਂ ਚੁੱਕੀ ਦੀਆਂ ਪ੍ਰੋਟੈਕਟ ਕਰਾਉਣ ਵਾਸਤੇ, ਸਾਊਦੀ ਅਰਬ, ਬਹਿਰੀਨ, ਦੁਬਈ, ਯੂਕੇ, ਕਨੇਡਾ, ਅਮਰੀਕਾ ਜਾਣਾ, ਪਿੱਛੇ ਲੈਣ ਮੁੱਕ ਗਈ ਆ ਲੱਗਦਾ, ਮੈਂ ਇਕੱਲਾ ਹੀ ਰਹਿ ਗਿਆ। ਆਹ ਭਾਈ ਇਹ ਮੇਰੇ ਵੱਲ ਦੇਖ ਕੇ ਅਸੀਂ ਜਾਣ ਡੇ ਆ, ਸਿਟੀਆਂ ਦੇ ਨੇੜੇ ਨੇੜੇ ਪੁੱਜ ਚੁੱਕੇ ਹਾਂ। ਆਹ ਵੇਖ ਲਓ ਮੈਂ ਵੀ ਸਿਟੀ 'ਤੇ ਚੜ੍ਹ ਗਿਆ, ਆਹ ਮੇਰੇ ਨਾਲ ਵਾਲੀ ਜਿਹੜੀ ਲਾਈਨ ਲੱਗੀ ਦੀ ਆ, 15 ਮਿੰਟਾਂ 'ਚ ਸਾਰਾ ਕੰਮ ਮੁੱਕ ਗਿਆ, ਹੁਣ ਅੱਗੇ ਪਤਾ ਨਹੀਂ ਕਿੰਨੀ ਕੁ ਦਾ ਲਾਲਾ ਹੈ। ਉਹ ਬੜੀ ਲਾਈਨ ਲੱਗੀ ਆ, ਮੈਂ ਤਾਂ ਉਹੀ ਲੱਗਦਾ ਸੀ। ਸੋਨੇ ਦਾ ਪਿੱਲਰ ਕਿੱਡਾ ਘੈਂਟ ਆ ਓਏ, ਮਾੜਾ ਜਿਹਾ ਇੱਥੋਂ ਲਾ ਕੇ ਲੈ ਜਾਂਦੇ, ਜ਼ਰੂਰ ਬਾਹਰ ਜਾਣਾ, ਇਹੀ ਵੇਚਦੇ ਹਾਂ ਭਾਈ। ਕੁਵੈਤ ਜਾਣਾ ਜਾਂ ਨਹੀਂ ਜਾਣਾ, ਪਰ ਕੈਫੇ ਚੈੱਕ ਕਰ ਲਓ, ਕੁਵੈਤੀ ਕੈਫੇ, ਇਹਨੂੰ ਕਹਿੰਦੇ ਕੁਵੈਤ ਦਾ ਕੈਫੇ। ਓਏ ਹੋਏ ਹੋਏ ਹੋਏ, ਕਿਆ ਬਾਤ ਆ ਯਾਰ ਜੀ, ਇੱਥੇ ਬਹੁਤ ਮਜ਼ੇ ਹੈਗੇ ਨੇ, ਯਕੀਨ ਕਰੋ। ਫਿੰਗਰ ਕਰਾਉਣ ਆਏ ਹੋਏ ਹਾਂ, ਬੜੇ ਲੋਕਾਂ ਨਾਲ ਮੀਟਿੰਗ ਮੂਟਿੰਗ ਵੱਜੀ ਆ, ਤੁਹਾਨੂੰ ਕੁਝ ਦੋਸਤਾਂ ਨਾਲ ਮਿਲਾਉਂਦੇ ਹਾਂ ਅਤੇ ਉਹਨਾਂ ਦੀ ਗੁਸਤਗੂ ਸੁਣਦੇ ਹਾਂ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਤੁਹਾਨੂੰ ਜੇ ਚੰਗਾ ਲੱਗੇ, ਵਧੀਆ ਲੱਗੇ ਤਾਂ ਫਿਰ ਮੈਨੂੰ ਸਬਸਕ੍ਰਾਈਬ ਕਰਕੇ ਦੱਸ ਦਿਓ। ਪਿੱਛੇ ਭਾਈ ਹੁਣੀ ਖੜੇ ਹੋਏ ਆ, ਸ਼ਾਨੀ ਭਾਈ, ਇਹਨਾਂ ਨਾਲ ਗੱਲ ਕਰਦੇ ਹਾਂ। ਆਓ ਸ਼ਾਨੀ ਭਾਈ, ਕੀ ਹਾਲ ਚਾਲ ਹੈ? ਅਸਲਾਮੁ ਅਲੈਕੁਮ ਜੀ, ਕੀ ਹਾਲ ਚਾਲ ਹੈ? ਸ਼ਾਨੀ ਭਾਈ, ਵੀਵਰਸ ਨੂੰ ਆਪਣੇ ਬਾਰੇ ਦੱਸਣਾ, ਤੁਸੀਂ ਕੀ ਕਰਨ ਇੱਥੇ ਆਏ ਹੋ ਅਤੇ ਤੁਹਾਡਾ ਕੀ ਕਾਰੋਬਾਰ ਹੈ ਅਤੇ ਕਿਵੇਂ ਦਾ ਕਾਰੋਬਾਰ ਹੈ ਅਤੇ ਕਿਵੇਂ ਦਾ ਚੱਲਦਾ ਪਿਆ ਅਤੇ ਕੀ ਕਰਨ ਜਾ ਰਹੇ ਹੋ ਬਾਹਰ, ਇਹ ਦੱਸਣਾ ਹੈ ਜੀ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆਉਂਦੇ ਪਏ ਜੀ। ਮੈਂ ਠੀਕ ਹੋ ਗਿਆ ਜੀ। ਪਹਿਲੀ ਗੱਲ ਤਾਂ ਇਹ ਜੀ, ਅਸੀਂ ਇੱਥੇ ਪ੍ਰੋਟੈਕਟਰ ਕਰਵਾਉਣ ਵਾਸਤੇ ਆਏ ਹੋਏ ਹਾਂ, ਸਹੀ ਹੈ, ਅਤੇ ਸਾਡਾ ਕੰਮ ਹੋ ਚੁੱਕਿਆ, ਬਸ ਹੁਣ ਸਾਨੂੰ ਪਾਸਪੋਰਟ ਕਲੈਕਟ ਕਰਨੇ ਨੇ ਅਸਾਂ, ਅਤੇ ਉਸ ਤੋਂ ਬਾਅਦ ਮੇਰਾ ਜਿਹੜਾ ਕਾਰੋਬਾਰ ਹੈ ਉਹ ਇਹ ਵੇ ਕਿ ਅਗਰ ਕੋਈ ਵੀ ਨੌਰਦਰਨ ਏਰੀਆ 'ਚ ਜਾਣਾ ਚਾਹੇ, ਨਰਾਨ, ਕਰਵਾਨ, ਸਕਰਦੂ, ਹੁੰਜ਼ਾ, ਚਿਤਰਾਲ, ਕੈਲਾਸ਼, ਜਿੱਥੇ ਵੀ ਕੋਈ ਜਾਣਾ ਚਾਹੇ, ਐਨੀਵੇਜ਼ ਕਿ ਦੂਸਰੀ ਕੰਟਰੀ 'ਚ ਵੀ ਜਾਣਾ ਚਾਹੇ, ਹਾਂ, ਵਿਜ਼ਿਟ ਵੀਜ਼ੇ, ਕਪਲਸ ਵੀਜ਼ੇ, ਹਨੀਮੂਨ ਵਗੈਰਾ ਸਭ ਕੁਛ ਤੁਹਾਨੂੰ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਮੇਰੇ ਪੇਜ ਦਾ ਲਿੰਕ ਵੀ ਮਿਲ ਜਾਏਗਾ, ਮੇਰਾ ਨੰਬਰ ਵੀ ਮਿਲ ਜਾਏਗਾ, ਤੁਸੀਂ ਫੋਲੋ ਕਰਨਾ, ਲਾਈਕ ਕਰਨਾ, ਮੇਰੇ ਨਾਲ ਕੰਟੈਕਟ ਕਰਨਾ, ਫਿਰ ਇਨਸ਼ਾਅੱਲਾ ਤੁਹਾਨੂੰ ਪਹਾੜੀ ਇਲਾਕਿਆਂ 'ਚ ਘੁੰਮਾ ਫਿਰਾਂਗੇ ਤੁਹਾਨੂੰ ਲੈ ਕੇ, ਅਤੇ ਭਾਈ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ, ਠੀਕ ਹੈ? ਮਜ਼ੀਦ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਉਹ ਭਾਈ ਦੇ ਵਲੋਗਸ ਦੇ ਥਰੂ ਤੁਹਾਨੂੰ ਮਿਲਦੀ ਰਹੇਗੀ। ਥੈਂਕ ਯੂ ਸੋ ਮਚ। ਕੈਫੇ ਦੇ ਅੰਦਰ ਚੱਲਦੇ ਹਾਂ ਅਸੀਂ, ਤੁਹਾਨੂੰ ਦੱਸਦੇ ਹਾਂ ਕੁਵੈਤ ਕੈਫੇ ਦੇ, ਇਹਦੇ ਵਿੱਚ ਚਾਏ ਵਗੈਰਾ, ਬੋਤਲ ਵਗੈਰਾ, ਹਰ ਤਰ੍ਹਾਂ ਦੀ ਚੀਜ਼ ਮਿਲ ਜਾਂਦੀ, ਲੇਜ਼ ਵਗੈਰਾ। ਇਹ ਭਾਈ ਉਹਨਾਂ ਦਾ ਕਾਊਂਟਰ ਹੈਗਾ, ਇਹ ਭਾਈ ਹੁਣੀ ਜਨਾਬ ਸਾਡੇ ਸਬਸਕ੍ਰਾਈਬਰ ਹੈਗੇ ਨੇ ਅਤੇ ਇਹਨਾਂ ਨੇ ਸਾਨੂੰ ਮਸਲ ਕਿ ਇੱਥੇ ਬਹੁਤ ਜ਼ਿਆਦਾ ਗਾਈਡ ਕੀਤਾ ਹੈਗਾ, ਕਿ ਗਾਈਡ ਕਰਨ ਤੋਂ ਮਤਲਬ ਹੈ ਕਿ ਕੋਈ ਚੀਜ਼ ਬੰਦੇ ਦੀ ਰਹਿ ਰੂਹ ਜਾਂਦੀ ਹੁੰਦੀ ਆ ਘਰੇ, ਕਦੇ ਬੰਦਾ ਪਾਸਪੋਰਟ ਭੁੱਲ ਆਉਂਦਾ, ਕਦੇ ਬੰਦਾ ਸ਼ਨਾਖਤੀ ਕਾਰਡ ਭੁੱਲ ਆਉਂਦਾ, ਯਾਨੀ ਕਿ ਸਾਰੀਆਂ ਚੀਜ਼ਾਂ ਬੰਦੇ ਨੇ ਨਾਲ ਲੈ ਕੇ ਆਉਣਾ ਹੁੰਦਾ। ਪਹਿਲੇ ਸਾਨੂੰ ਦੱਸਿਆ ਜਨਾਬ, ਇਹ ਇਹਨਾਂ ਦਾ ਕਾਊਂਟਰ ਸਕੈਨ ਵੀ ਕਰ ਸਕਦੇ ਹੋ, ਇਹਨਾਂ ਦਾ ਨੰਬਰ ਵੀ ਹੈਗਾ ਜੀ। ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਜਨਾਬ? ਤੁਸੀਂ ਆਓ, ਅਸੀਂ ਇਨਫੋਰਮੇਸ਼ਨ ਦਾਂਗੇ ਤੁਹਾਨੂੰ, ਪ੍ਰੋਟੈਕਟਰ ਦੇ ਡਾਕੂਮੈਂਟਸ ਦੀ। ਤੁਹਾਡਾ ਅੰਦਰ ਕੋਈ ਹੱਥ ਤੇ ਨਹੀਂ ਪੈਂਦਾ? ਤੁਹਾਡਾ ਅੰਦਰ ਕੋਈ ਅੰਦਰ ਹੱਥ ਤੇ ਨਹੀਂ ਪੈਂਦਾ? ਅੱਛਾ, ਕਰ ਲੈਂਦੇ ਹੋ? ਆਹ ਜਿਹੜੀ 7200 ਤੋਂ ਉਹਨਾਂ ਨੇ ਵਧਾ ਕੇ 9200 ਕਰਤੀ, ਇਹਦਾ ਕੀ ਰੋਲਾ? ਇਹਦਾ ਰੋਲਾ ਗੌਰਮੈਂਟ ਨਹੀਂ ਜਾਣਦੀ। ਤੇ ਗੌਰਮੈਂਟ ਜਾਣੇ ਅਸੀਂ ਕੁਝ ਨਹੀਂ ਕਰ ਸਕਦੇ? ਤੁਸੀਂ ਕੁਝ ਨਹੀਂ ਕਰ ਸਕਦੇ? ਨਹੀਂ ਅਸੀਂ ਕਿਉਂ ਬਲਾ? ਤੁਸੀਂ ਕਿਉਂ? ਹੈ ਅੱਛਾ, ਇਹ ਤੁਸੀਂ ਮਸਾਂ ਤੁਹਾਨੂੰ ਵੀ ਨਹੀਂ ਦੱਸਦੇ ਜਦੋਂ ਕਿਤੇ ਵਧਾਉਂਦੇ ਪੈਸੇ? ਨਹੀਂ ਵਧਾਉਂਦੇ, ਪਤਾ ਚੱਲਦਾ? ਐਵੇਂ ਵਧਾ ਦਿੰਦੇ ਰਾਤੋਂ ਰਾਤ? ਲਓ ਜੀ ਭਾਅ ਜੀ, ਤੁਸੀਂ ਕੁਛ ਕਹਿਣਾ ਚਾਹੇ? ਅੱਛਾ, ਮੈਂ ਜੂਨੀਅਰ ਉਸਤਾਦ ਆ, ਫਿਰ ਉਸ ਤੋਂ ਬਾਅਦ ਇਹ ਸਭ ਤੋਂ ਜੂਨੀਅਰ ਆ, ਜਿੱਦਾਂ ਤੁਹਾਡਾ ਸੀਨੀਅਰ ਕਿਹੜਾ? ਇਹ ਸੀਨੀਅਰ ਆ ਭਾਅ ਜੀ, ਤੁਸੀਂ ਕੁਛ ਕਹਿਣਾ ਚਾਹੋਗੇ? ਬਸ ਇਹੀ ਹੈ। ਚਲੋ ਜੀ ਠੀਕ ਹੋ ਗਿਆ ਜਨਾਬ, ਮੋਸਟ ਵੈਲਕਮ ਜੀ। ਪਬਲਿਕ ਸਰਵੈਂਟ ਹੋ ਗਏ, ਇੱਕ ਚੀਜ਼ ਦੱਸੋ ਸਾਨੂੰ, ਪਬਲਿਕ ਦੇ ਬਾਰੇ ਕੁਛ ਦੱਸੋ ਸਾਨੂੰ, ਪਬਲਿਕ ਦੇ ਬਾਰੇ ਕੁਛ ਦੱਸੋ, ਜਿਹੜੇ ਲੋਕ ਇੱਥੇ ਆਉਂਦੇ ਆ ਉਹਨਾਂ ਵਾਸਤੇ ਕੋਈ ਇਨਫੋਰਮੇਸ਼ਨ? ਉਹਨਾਂ ਨਾਂ ਨਹੀਂ ਲਿਖਣਾ ਹੁੰਦਾ ਹੁੰਦਾ ਤੇ ਯੂਕੇ ਦੇ ਵੀਜ਼ੇ ਲੱਗਦੇ ਨੇ, ਸਾਨੂੰ ਦੁੱਖ ਹੁੰਦਾ ਅਸੀਂ ਨਹੀਂ ਜਾਂਦੇ, ਉਹ ਬੈਂਚ ਬਣ ਭਰਾ ਯਾਰ ਆ ਗੱਲ ਸੁਣ ਯਾਰ। ਹਾਂਜੀ ਹਾਂਜੀ ਸ਼ਾਨੀ ਭਾਈ, ਹਾਂਜੀ, ਤੇ ਕਿਸੇ ਕਿਸਮ ਦਾ ਕੋਈ ਵੀ ਮਸਲਾ ਹੋਏ ਪਾਸਪੋਰਟ ਦਾ, ਪ੍ਰੋਟੈਕਟਰ ਦਾ, ਹਾਂਜੀ,
ਬੰਦਾ ਤੁਹਾਨੂੰ ਗਾਈਡ ਕਰੇਗਾ ਇਨਸ਼ਾਅੱਲਾ ਸਾਡੇ ਪਾਸ ਆਈਏਗਾ ਔਰ ਇਨਕਾ ਕਾਊਂਟਰ ਯਹਾਂ ਪੇ ਹੈ ਕਾਊਂਟਰ ਨੰਬਰ 2 ਕਾਊਂਟਰ ਨੰਬਰ 2 ਹੈ ਇਨਕਾ ਔਰ ਇਹ ਲੋਕ ਆਪਕੋ ਜੋ ਇਨਫੋਰਮੇਸ਼ਨ ਪ੍ਰੋਵਾਈਡ ਕਰੇਗੇ ਕਿੱਦਾਂ ਦੀ ਇਨਫੋਰਮੇਸ਼ਨ ਦੇ ਸਕਦੇ ਹੋ ਜਨਾਬ ਫ੍ਰੀ ਮੇ ਵੀ ਜਾਣਾ ਚਾਹੇ ਤੋ ਉਹ ਵੀ ਆਪਕੋ ਇਨਫੋਰਮੇਸ਼ਨ ਦੇਗੇ ਠੀਕ ਹੈ ਕਿਸੇ ਵੀ ਕਿਸਮ ਦਾ ਕੋਈ ਵੀ ਕੰਮ ਹੋ ਇਸ ਬੰਦੇ ਸੇ ਆਕੇ ਕੰਟੈਕਟ ਕਰੀਏਗਾ ਔਰ ਹਮਾਰਾ ਜੋ ਚੈਨਲ ਹੈ ਉਸਕਾ ਨਾਮ ਦੀਜੀਏਗਾ ਉਹ ਆਪਕੋ ਇਨਸ਼ਾਅੱਲਾ ਡਿਸਕਾਊਂਟ ਵੀ ਕਰੇਗੇ ਔਰ ਚੈਨਲ ਕੋ ਲਾਈਕ ਸਬਸਕ੍ਰਾਈਬ ਨਹੀਂ ਕੀਜੀਏਗਾ ਠੀਕ ਹੋ ਨਹੀਂ ਨਹੀਂ ਤੁਸੀਂ ਇਹ ਜਿਹੜੀ ਜੁਕਤ ਸੀ ਉਹ ਸੁਣਾਇਓ ਪਹਿਲੇ ਆਪਣੀ ਕੋਈ ਫਨੀ ਤੇ ਸਾਨੂੰ ਦੱਸੋ ਨਾ ਹੁਣ ਯਾਰ ਬਾਕੀ ਜੈਨੂਇਨ ਗੱਲ ਨਾ ਨਹੀਂ ਸਹੀ ਗੱਲ ਦੱਸੋ ਨਾ ਨਾ ਨਹੀਂ ਲਿਖਣਾ ਨਾ ਹੁੰਦਾ ਫਾਈਨਲ ਦੇ ਯੂਕੇ ਦੇ ਵੀਜ਼ੇ ਉਹ ਅਸੀਂ ਵੇਖ ਕੇ ਬੜੇ ਸ਼ਾਨ ਹੋਈਆਂ ਅਸੀਂ ਭੈਣ ਮੈਂ ਪੜ੍ਹ ਲਈ ਕਿੰਨਾ ਪੜ੍ਹੇ ਹੋ ਭਾਜੀ ਦੱਸਣ ਵੇਲੇ ਘਬਰਾਹਟ ਹੋਣ ਲਈ ਮੈਨੂੰ ਲੱਗਦਾ ਕਿ ਐਫ ਏ ਤੋਂ ਉੱਤੇ ਈਅਰ ਹੈ ਠੀਕ ਹੈ ਥਰਡ ਈਅਰ ਕਿਵੇਂ ਅੱਛਾ ਐਫ ਏ ਤੋਂ ਉੱਤੇ ਚਲ ਗਏ ਤੁਸੀਂ ਮੈਂ ਲਾ ਲਿਆ ਸਾਹਿਬ ਹਾਂ ਪੀ ਏ ਤੇ ਬੈਠਾ ਤੁਸੀਂ ਬਾਕੀ ਭਾਈ ਦੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਵੀ ਲੋ ਜੀ ਇਹ ਜਨਾਬ ਕਵੀਤ ਕੈਫੇ ਜਨਾਬ ਚੈੱਕ ਕਰੋ ਜਨਾਬ ਇਹਦੀ ਜਿਹੜੀ ਹੈ ਨਾ ਬਿਊਟੀ ਸਭ ਤੋਂ ਖੂਬਸੂਰਤ ਨੰਨਾ ਮੁੰਡਾ ਇੱਥੇ ਹੀ ਹੈ ਅੱਛਾ ਜੀ ਮੁੱਛੋਂ ਵਾਲੇ ਹੀਰੋ ਜਨਾਬ ਓਏ ਹੋਏ ਹੋਏ ਉਹ ਇੰਨੀ ਵਾਮ ਇੱਥੇ ਇਕੱਠੀ ਕੀਤੀ ਦੀ ਹੈ ਆਹ ਡੇਰੀ ਫਾਰਮ ਹੈ ਉਹ ਤੁਹਾਡਾ ਭਲਾ ਹੋਵੇ ਭਾਅ ਤੂੰ ਵੀ ਜਾਣਾ ਬਾਹਰ ਰਹਿਣ ਦੇ ਵੀਰੇ ਤੇਰੀ ਤਾਂ ਸਿਹਤ ਵੀ ਹੈ ਨਹੀਂ ਵੀ ਰੱਖੀ ਦੀਆਂ ਨਜ਼ਾਰੇ ਲੈਣ ਨੂੰ ਚੈੱਕ ਕਰੋ ਪਰ ਇਹਨਾਂ ਨੇ ਸਾਨੂੰ ਨਜ਼ਾਰੇ ਨਹੀਂ ਦੇਣੇ ਭਾਈ ਨੇ ਕਰਨਾ ਹੈਗਾ ਜਨਾਬ ਨਾਸ਼ਤਾ ਅਤੇ ਅਸੀਂ ਤਾਂ ਸਿਰਫ ਚਾਹ ਪੀਣੀ ਹੈ ਜਨਾਬ ਨਾਸ਼ਤਾ ਪੁਆਇੰਟ 'ਤੇ ਪਹੁੰਚੇ ਆ ਅੰਦਰੋਂ ਨਿਕਲਿਆ ਮੈਂ ਕਿਹਾ ਅੰਦਰ ਥੋੜ੍ਹੀ ਜਿਹੀ ਜ਼ਰਾਤ ਬਹੁਤੀ ਆ ਥੋੜ੍ਹੀ ਜਿਹੀ ਬਾਹਰ ਘੱਟ ਆਈਏ ਹਾਲੇ ਟਾਈਮ ਲੱਗਣਾ 10 ਨੰਬਰ ਤੱਕ ਪੁਆਇੰਟ ਗਏ ਆ ਇਹ ਟੋਕਨ ਸਾਡਾ ਤਾਂ ਨੰਬਰ ਹੀ 110 ਅਤੇ ਭਾਈ ਹੁਣ ਦਾ 120 ਯਾਨੀ ਕਿ ਇੱਕੋ ਹੀ ਲੈਣ 'ਚ ਆ ਚਲੋ ਦੇਖਦੇ ਹਾਂ ਫਿਰ ਪਹਿਲਾਂ ਨਾਸ਼ਤਾ ਕਰ ਲਈਏ ਸਵੇਰ ਦੇ ਅਸੀਂ ਅੰਦਰ ਬਹਿ ਬਹਿ ਕੇ ਥੱਕ ਗਏ ਹਾਂ ਬਾਕੀ ਅੱਗ ਵੀ ਗਏ ਹਾਂ ਕਿਉਂ ਭਾਅ ਜੀ ਦੋ ਵਾਰੀ ਤਾਂ ਅਸੀਂ ਲੰਗਰ ਖਾਣ ਗਏ ਹਾਂ ਨੰਬਰ ਨਹੀਂ ਆਇਆ ਲੈਣਾ ਲੱਗੀਆਂ ਹੋਈਆਂ ਚੈੱਕ ਪਿੱਛੇ ਵੀ ਪਿੱਛੇ ਦੀਵਾਰ ਆ ਨਾਲੇ ਇਸ ਸਾਈਡ 'ਤੇ ਵੀ ਖੜ੍ਹੇ ਆ ਵਾਮ ਇਸ ਸਾਈਡ 'ਤੇ ਵੀ ਵਾਮ ਹੈਗੀ ਆ ਬਾਕੀ ਸਾਡਾ ਨੰਬਰ ਨਹੀਂ ਆਇਆ ਹਜੇ ਤਾਂ ਹਾਲੇ ਕਹਿ ਰਹੇ ਨੇ ਹਾਲੇ ਮਜ਼ੀਦ ਵੇਟ ਕਰੋ ਬੈਗ ਇੱਥੇ ਹਾਂਜੀ ਹਾਲੇ ਵੇਖੋ ਹੁਣ ਕਿੰਨਾ ਟਾਈਮ ਲੱਗਦਾ ਮੈਨੂੰ ਤਾਂ ਲੱਗਦਾ ਕਿ ਅੱਜ ਨਹੀਂ ਕਰਨਾ ਮੈਨੂੰ ਤਾਂ ਲੱਗਦਾ ਅੱਜ ਸਾਰਾ ਦਿਨ ਇੱਥੇ ਲੱਗ ਜਾਣਾ ਸਾਡਾ ਮੈਨੂੰ ਵੀ ਲੱਗਦਾ ਕਿ ਸਾਨੂੰ ਰਾਤ ਦੀ ਰੋਟੀ ਇੱਥੋਂ ਹੀ ਖਾਣੀ ਪੈਣੀ ਆ ਨਾ ਯਾਰ ਰਾਤ ਵਾਲਾ ਨਾ ਪ੍ਰੋਗਰਾਮ ਬਣਾਓ ਦਿਨ ਵਾਲੇ ਦਿਨੇ ਦਿਨੇ ਚੱਲਣ ਜਾਏ ਘਰ ਬਾਅਦ 'ਚ ਸਰਦੀ ਹੋ ਜਾਣੀ ਜਿਸ ਤਰ੍ਹਾਂ ਦੀ ਸੂਰਤ ਹਾਲ ਨਜ਼ਰ ਆ ਰਹੀ ਹੈ ਲੱਗਦਾ ਤੁਹਾਨੂੰ ਰਾਤ ਦਾ ਖਾਣਾ ਇੱਥੇ ਹੀ ਖਾਣਾ ਪੈਣਾ ਦੋ ਵਾਰੀ ਖਾ ਚੁੱਕੇ ਹਾਂ ਇੱਕ ਵਾਰੀ ਰਹਿ ਗਿਆ ਹੁਣ ਰਾਤ ਦਾ ਹੀ ਖਾਣਾ ਬਾਕੀ ਤੁਸੀਂ ਦੇਖ ਲਓ ਹਾਲੀ ਲੈਣਾ ਲੱਗੀਆਂ ਹੋਈਆਂ ਕਿੰਨੀਆਂ ਕਿੰਨੀਆਂ ਲੰਬੀਆਂ ਸਾਡਾ ਨੰਬਰ ਇਹਨਾਂ ਲੈਣਾ ਤੋਂ ਬਾਅਦ 'ਚ ਪਤਾ ਨਹੀਂ ਹੁਣ ਆਉਣਾ ਵੀ ਹੈ ਕਿ ਨਹੀਂ ਫਿਰ ਤੁਹਾਨੂੰ ਅਪਡੇਟ ਕਰਨੀ ਆ ਅਗਲੋਂ ਅੱਗੋਂ ਦੱਸਦੇ ਹਾਂ ਕੀ ਬਣਦਾ ਸਾਡੇ ਨਾਲ ਮਿਲ ਗਿਆ ਜੀ ਉਹ ਕਿੱਥੇ ਪਾਸਪੋਰਟ ਜਨਾਬ ਵੀਜ਼ਾ ਲੱਗ ਕੇ ਪ੍ਰਿੰਟਿੰਗ ਹੋ ਕੇ ਮਿਲ ਗਿਆ ਹੈਗਾ ਜਨਾਬ ਪਾਸਪੋਰਟ ਤੁਹਾਨੂੰ ਦੱਸਦੇ ਹਾਂ ਜਨਾਬ ਦੇਖੋ ਕਿਸ ਕੰਮ ਬਾਅਦ ਸਾਨੂੰ ਉਹਨਾਂ ਨੇ ਦਲੀਲ ਕੀਤਾ ਤੁਹਾਨੂੰ ਦੱਸਦੇ ਹਾਂ ਦੱਸੋ ਜੀ ਹੈ ਮਾੜੀ ਜਿਹੀ ਚਿੱਟ ਲਾਉਣੀ ਸੀ ਅਤੇ ਇਹਦੇ ਬਾਅਦ ਸਾਨੂੰ ਉਹਨਾਂ ਨੇ 6 ਤੋਂ 7 ਘੰਟੇ ਦਲੀਲ ਕੀਤਾ ਅਤੇ ਦਲੀਲ ਹੋ ਗਏ ਹੁਣ ਅਸੀਂ ਚੱਲੇ ਹਾਂ ਜਨਾਬ ਬਾਏ ਬਾਏ ਟਾਟਾ ਓਕੇ ਹੋ ਗਿਆ ਜਨਾਬ